ਵਿਸਾਖੀ ਇੱਕ ਵਾਰ ਫਿਰ ਦਗਦਾਰ ਹੋਈ ਹੈ। ਲੁਧਿਆਣਾ ਵਿੱਚ ਇੱਕ ਪੁਲਿਸ ਮੁਲਾਜ਼ਮ ਟਮਾਟਰ ਦੇ ਗੋਦਾਮ 'ਚ ਟਮਾਟਰ ਚੋਰੀ ਕਰਦਾ ਹੋਇਆ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਇਆ। ਮਾਮਲਾ ਸਾਹਮਣੇ ਆਉਣ 'ਤੇ ਲੁਧਿਆਣਾ ਪੁਲਿਸ ਦਾ ਕੋਈ ਵੀ ਅਧਿਕਾਰੀ ਇਸ ਮਾਰੇ ਬੋਲਣ ਨੂੰ ਤਿਆਰ ਨਹੀਂ ਹੈ। ਜਾਣਕਾਰੀ ਅਨੁਸਾਰ ਨਵੀਂ ਸਬਜ਼ੀ ਮੰਡੀ ਦੇ ਬਹਾਦੁਰ ਰੋਡ 'ਤੇ ਅੱਧੀ ਰਾਤ ਗੋਦਾਮ ਦੇ ਇੱਕ ਪੁਲਿਸ ਮੁਲਾਜ਼ਮ ਆਪਣੇ ਬੈਗ ਵਿੱਚ ਟਮਾਟਰ ਭਰ ਰਿਹਾ। ਆਰਤੀ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਪਿਛਲੇ 3-4 ਦਿਨਾਂ ਤੋਂ ਹਰ ਰੋਜ਼ ਉਸਦੇ ਬਕਸੇ ਤੋਂ ਟਮਾਟਰ ਕੱਟ ਕੀਤੇ ਜਾਂਦੇ ਸਨ। ਜਦੋਂ ਉਸਨੇ ਇਸ ਪਿੱਛੇ ਦਾ ਕਾਰਨ ਜਾਣਨ ਲਈ ਸਬਜ਼ੀ ਮੰਡੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਉਹ ਹੈਰਾਨ ਹੋ ਗਿਆ ਕਿ ਲੁਧਿਆਣਾ ਪੁਲਿਸ ਦਾ ਇੱਕ ਕਾਂਸਟੇਬਲ ਜੋ ਵਰਦੀ ਵਿੱਚ ਹੈ ਟਮਾਟਰ ਚੋਰੀ ਕਰ ਰਿਹਾ, ਜਿਸ ਨੂੰ ਪਹਿਲਾਂ ਉਹ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਕਰ ਰਿਹਾ। ਪਰ ਸੀਸੀਟੀਵੀ ਫੁਟੇਜ ਸਪਸ਼ਟ ਰੂਪ ਵਿੱਚ ਘਟਨਾ ਦੀ ਸੱਚਾਈ ਦੱਸ ਰਿਹਾ। ਸੀਸੀਟੀਵੀ ਫੁਟੇਜ ਵਿੱਚ ਸਾਫ ਦਿਖ ਰਿਹਾ ਕਿ ਕਿਵੇਂ ਇੱਕ ਪੁਲਿਸ ਮੁਲਾਜ਼ਮ ਕਰਮਚਾਰੀ ਟਮਾਟਰ ਦੇ ਬਕਸੇ ਵਿੱਚ ਟਮਾਟਰ ਕੱਢ ਕੇ ਆਪਣੇ ਬੈਗ ਵਿੱਚ ਭਰ ਰਿਹਾ। ਘਟਨਾ ਦਾ ਪਤਾ ਲੱਗਣ 'ਤੇ ਮੰਡੀ ਦੇ ਵਪਾਰੀਆਂ ਨੇ ਮੰਡੀ ਬੋਰਡ ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਕੀਤੀ ਹੈ। ਮੇਰਾ ਨਾਮ ਗੁਰਬਖਸ਼ੀਸ਼ ਸਿੰਘ ਹੈ, ਫੜ ਨੰਬਰ 98 ਹੈ ਮੇਰਾ। ਟਮਾਟਰ ਆਪਣੀ ਫਰਮ 'ਤੇ ਹੀ ਆਉਂਦਾ ਜੀ, ਅਤੇ ਪਰਸੋਂ ਦੇਖਿਆ ਟਮਾਟਰ, ਇੱਕ ਦੋ ਦਿਨ ਪਹਿਲਾਂ ਵੀ ਕੱਟਿਆ, ਪਰਸੋਂ ਜਦੋਂ ਕੈਮਰੇ ਚੈੱਕ ਕੀਤੇ ਅਤੇ ਕੁਛ ਪੁਲਿਸ ਮੁਲਾਜ਼ਮ ਰਾਤੀ 12:30 ਵਜੇ ਟਮਾਟਰ ਕੱਢ ਰਹੇ ਸੀ, ਅਤੇ ਸਬਜ਼ੀਆਂ ਹੈਗੀਆਂ ਸਾਰੀਆਂ ਮਹਿੰਗੀਆਂ, 2-2.5 ਹਜ਼ਾਰ ਰੁਪਏ ਦਾ ਨੁਕਸਾਨ ਕੱਲ੍ਹ ਹੋ ਗਿਆ, 2-3 ਹਜ਼ਾਰ ਦਾ ਨੁਕਸਾਨ ਪਹਿਲਾਂ ਹੋ ਗਿਆ। ਵਪਾਰੀ ਨੂੰ ਸਾਨੂੰ ਪੈਸੇ ਪੂਰੇ ਦੇਣੇ ਪੈਂਦੇ ਆ, ਨੁਕਸਾਨ ਕੁੱਲ ਮਿਲਾ ਕੇ ਸਾਰਾ ਆੜ੍ਹਤੀ ਭਾਈਚਾਰੇ ਦਾ। ਅਸੀਂ ਇਸ ਸੰਬੰਧ ਵਿੱਚ ਸਕੱਤਰ ਸਾਹਿਬ ਕੋਲ ਆਏ ਸੀਗੇ, ਉਹ ਕਹਿੰਦੇ ਕੋਈ ਨਹੀਂ, ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਸਰ ਤੁਹਾਨੂੰ ਲੱਗਦਾ ਜੇ ਤੁਸੀਂ ਗੋਲ ਫਰਮਾਇਆ ਤਾਂ ਤੁਹਾਨੂੰ ਤਾਂ ਹੀ ਪਤਾ ਲੱਗਿਆ, ਜੇ ਪਹਿਲਾਂ ਵੀ ਕਿਤੇ ਨਾ ਕਿਤੇ ਇਹਨਾਂ ਨੇ ਚੋਰੀਆਂ ਕੀਤੀਆਂ ਹੋਣੀਆਂ? ਨਹੀਂ ਜੀ ਨਹੀਂ, ਇਹ ਉਸ ਦਿਨ ਆਪਣਾ ਕਹਿੰਦਾ ਕੈਮਰੇ ਚੈੱਕ ਕੀਤੇ ਆ, ਇੱਕ ਦੋ ਦਿਨ ਪਹਿਲਾਂ ਵੀ ਹੋਈ ਹੈ, ਗੌਰ ਨਹੀਂ ਕੀਤਾ। ਹੁਣ ਜਦੋਂ ਕੈਮਰੇ ਚੈੱਕ ਕੀਤੇ ਤਾਂ ਪੁਲਿਸ ਮੁਲਾਜ਼ਮ ਪਾਏ ਗਏ ਟਮਾਟਰ ਕੱਢਦੇ ਰਾਤ 12:30 ਵਜੇ। ਸਰ ਜੇ ਆਪਾਂ ਗੱਲ ਕਰੀਏ, ਜਦੋਂ ਇਨਸਾਫ ਨਹੀਂ ਮਿਲਦਾ ਬੰਦਾ ਪੁਲਿਸ ਕੋਲ ਜਾਂਦਾ, ਜੇ ਪੁਲਿਸ ਇਹੋ ਜਿਹਾ ਕੰਮ ਕਰ ਲੱਗ ਤਾਂ ਕੀ ਬੰਦਾ ਇਨਸਾਫ ਦੀ ਸੋਚੂਗਾ, ਕਿਉਂ ਇਨਸਾਫ ਦੀ ਅਸੀਂ ਵੱਡੇ ਅਫਸਰਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਕਿਰਪਾ ਕਰਕੇ ਸਾਡੇ ਮਾਲ ਦੀ ਰਾਖੀ ਕਰਵਾਈ ਜਾਵੇ, ਅਤੇ ਇੱਥੇ ਇਮਾਨਦਾਰ ਅਫਸਰਾਂ ਦੀ ਡਿਊਟੀ ਲਾਈ ਜਾਵੇ ਤਾਂ ਕਿ ਸਾਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਅਸੀਂ ਸਰਕਾਰ ਨੂੰ ਪਹਿਲਾਂ ਹੀ ਬਹੁਤ ਵੱਡਾ ਮਾਲਿਆ ਦਿੰਦੇ ਹਾਂ, ਉਹਦੇ ਬਾਵਜੂਦ ਸਾਡਾ ਨੁਕਸਾਨ ਹੋਵੇ ਤਾਂ ਸਾਡਾ ਤਾਂ ਬਚਣ ਦਾ ਘਰ ਹੀ ਕੋਈ ਨਹੀਂ ਹੈਗਾ। ਮਿਹਰਬਾਨੀ।